ਪਾਕਿਸਤਾਨ ਨੂੰ ਹੁਣ ਰਾਵੀ ਦਰਿਆ ਦਾ ਪਾਣੀ ਨਹੀਂ ਜਾਵੇਗਾ। ਦੱਸ ਦਈਏ ਕਿ ਜੋ ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਹੈ ਉਹ 90% ਤੱਕ ਬਣ ਕੇ ਮੁਕੰਮਲ ਹੋ ਗਿਆ ਹੈ ਤੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੁਣ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਜ਼ਿਲ੍ਹਾ ਪਠਾਨਕੋਟ ਜਿੱਥੇ ਰਣਜੀਤ ਸਾਗਰ ਡੈਮ ਦੇ ਜ਼ਰੀਏ 600 ਮੈਗਾਵਾਟ ਬਿਜਲੀ ਦਾ ਉਤਪਾਦਨ ਸਰਕਾਰੀ ਖਜ਼ਾਨੇ ਨੂੰ ਭਰਿਆ ਜਾ ਰਿਹਾ, ਉੱਥੇ ਹੁਣ ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਦੇ ਜ਼ਰੀਏ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ। ਦੱਸਦੇ ਚੱਲੀਏ ਕਿ ਬੈਰਾਜ ਪ੍ਰੋਜੈਕਟ ਦੀ ਉਸਾਰੀ ਤੋਂ ਪਹਿਲਾਂ ਰਣਜੀਤ ਸਾਗਰ ਡੈਮ ਦੇ ਜ਼ਰੀਏ ਬਰਸਾਤ ਦੇ ਦਿਨਾਂ 'ਚ ਨਾ ਚਾਹੁੰਦੇ ਹੋਏ ਵੀ ਪਾਣੀ ਪਾਕਿਸਤਾਨ ਨੂੰ ਛੱਡਿਆ ਜਾਂਦਾ ਸੀ ਤਾਂ ਜੋ ਜ਼ਿਲ੍ਹਾ ਪਠਾਨਕੋਟ ਦੇ ਇਲਾਕਿਆਂ 'ਚ ਹੜ੍ਹ ਵਾਲੀ ਸਥਿਤੀ ਨਾ ਬਣੇ। ਪਰ ਹੁਣ ਬੈਰਾਜ ਪ੍ਰੋਜੈਕਟ ਦੀ ਉਸਾਰੀ ਪੂਰੀ ਹੋਣ ਤੋਂ ਬਾਅਦ ਰਣਜੀਤ ਸਾਗਰ ਡੈਮ ਤੋਂ ਆਉਣ ਵਾਲੇ ਪਾਣੀ ਨੂੰ ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਦੀ ਝੀਲ 'ਚ ਸਟੋਰ ਕੀਤਾ ਜਾਵੇਗਾ ਅਤੇ ਹੁਣ ਪਾਣੀ ਪਾਕਿਸਤਾਨ ਨੂੰ ਨਾ ਜਾਣ ਦੀ ਬਜਾਏ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਦੇ ਖੇਤਾਂ 'ਚ ਜਾਵੇਗਾ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹਰ ਸਾਲ ਕਰੀਬ 1 ਮੀਟਰ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇਗਾ। ਸ਼ਾਹਪੁਰ ਕੰਡੀ ਬੈਰਾਜ ਦਾ ਜਿਹੜਾ ਕੰਮ ਹੈ ਉਹ ਆਲਮੋਸਟ ਕੰਪਲੀਟ ਹੈ ਅਤੇ ਫਿਲਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਅਤੇ ਜਿਸ ਕਰਕੇ ਹੁਣ ਪਾਕਿਸਤਾਨ ਨੂੰ 1 ਵੀ ਬੂੰਦ ਪਾਣੀ ਅੱਗੇ ਨਹੀਂ ਜਾ ਰਿਹਾ ਅਤੇ ਇਸ ਤੋਂ ਇਲਾਵਾ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਅਤੇ ਉਹ ਵੀ ਜਲਦੀ ਹੀ ਕੰਪਲੀਟ ਹੋ ਜਾਏਗਾ ਅਤੇ ਜਿਸ ਨਾਲ 206 ਮੈਗਾਵਾਟ ਜਿਹੜੀ ਬਿਜਲੀ ਦਾ ਉਤਪਾਦਨ ਹੋਏਗਾ ਅਤੇ ਇਸ ਦੇ ਨਾਲ ਹੀ ਪੰਜਾਬ ਸਟੇਟ ਦੇ ਵਿੱਚ ਤਕਰੀਬਨ 5000 ਹੈਕਟੇਅਰ ਏਰੀਏ ਨੂੰ ਪਾਣੀ ਲੱਗੇਗਾ ਅਤੇ J&K ਦੇ ਵਿੱਚ 32000 ਹੈਕਟੇਅਰ ਏਰੀਏ ਨੂੰ ਪਾਣੀ ਲੱਗੇਗਾ ਅਤੇ ਇਸ ਇਲਾਕੇ ਵਿੱਚ ਇਹ ਪ੍ਰੋਜੈਕਟ ਬਣਨ ਨਾਲ ਬਹੁਤ ਹੀ ਖੁਸ਼ਹਾਲੀ ਆਏਗੀ ਅਤੇ ਕਿਸਾਨਾਂ ਨੂੰ ਵੀ ਇਹਦਾ ਬਹੁਤ ਲਾਭ ਹੋਏਗਾ। ਸਰ, ਪੰਜਾਬ ਨੂੰ ਹੀ ਇਕੱਲਾ ਫਾਇਦਾ ਹੋ ਰਿਹਾ ਇਸ ਦੇ ਨਾਲ ਜਾਂ ਜੰਮੂ ਕਸ਼ਮੀਰ ਜਾਂ ਹੋਰ ਵੀ ਸਟੇਟਾਂ ਨੂੰ ਫਾਇਦਾ ਹੋ ਰਿਹਾ? ਇਹ ਦੋਨਾਂ ਸਟੇਟਾਂ ਨੂੰ ਫਾਇਦਾ ਹੋ ਰਿਹਾ, ਪੰਜਾਬ ਨੂੰ ਵੀ ਫਾਇਦਾ ਹੋ ਰਿਹਾ ਅਤੇ J&K ਨੂੰ ਵੀ ਫਾਇਦਾ ਹੋ ਰਿਹਾ। ਜਿਹੜਾ ਰਣਜੀਤ ਸਾਗਰ ਡੈਮ ਪਹਿਲੇ ਹੀ ਬਣ ਚੁੱਕਿਆ, 2001 'ਚ ਕਮਿਸ਼ਨ ਹੋ ਗਿਆ ਸੀ ਅਤੇ ਉੱਥੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਅਤੇ ਹੁਣ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਉਂਦਾ ਹੈ ਉਹ ਪਹਿਲੇ ਐਜ਼ ਇਟ ਇਜ਼ ਹੀ ਚਲਾ ਜਾਂਦਾ ਸੀ, ਕੁਝ ਪਾਣੀ ਪਾਕਿਸਤਾਨ ਨੂੰ ਵੀ ਵੇਸਟ ਹੁੰਦਾ ਸੀ, ਲੇਕਿਨ ਹੁਣ ਜਿਹੜਾ ਸ਼ਾਹਪੁਰ ਕੰਡੀ ਬੈਰਾਜ ਪ੍ਰੋਜੈਕਟ ਬਣਨ ਨਾਲ ਇਹ ਜਿਹੜਾ ਰਣਜੀਤ ਸਾਗਰ ਡੈਮ ਤੋਂ ਪਾਣੀ ਆਏਗਾ ਉਹਨੂੰ ਸ਼ਾਹਪੁਰ ਕੰਡੀ ਬੈਰਾਜ ਦੇ ਇੱਥੇ ਰੋਕਿਆ ਜਾਏਗਾ ਅਤੇ ਇਹਨੂੰ ਰੈਗੂਲੇਸ਼ਨ ਕੀਤੀ ਜਾਏਗੀ ਪਾਣੀ ਦੀ ਅਤੇ ਰੈਗੂਲੇਸ਼ਨ ਕਰਕੇ ਇਹਨੂੰ ਹਾਈਡਲ ਚੈਨਲ ਦੇ ਥਰੂ ਲਿਜਾਇਆ ਜਾਏਗਾ ਅਤੇ 206 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਏਗਾ ਅਤੇ ਜਿਹੜਾ ਪੰਜਾਬ ਸੂਬੇ ਨੂੰ ਤਕਰੀਬਨ 5000 ਹੈਕਟੇਅਰ ਏਰੀਏ ਨੂੰ ਇਹ ਹਾਈਡਲ ਚੈਨਲ ਦੇ ਵਿੱਚੋਂ ਪਾਣੀ ਦਿੱਤਾ ਜਾਏਗਾ ਸਿੰਚਾਈ ਵਾਸਤੇ ਅਤੇ ਇਸੇ ਤਰ੍ਹਾਂ ਹੀ J&K ਵਾਲੇ ਪਾਸੇ ਇੱਕ ਸਾਈਫਨ ਬਣਾ ਕੇ ਉਹਨਾਂ ਦੀ ਜਿਹੜੀ ਕਸ਼ਮੀਰ ਕਨਾਲ ਹੈ ਉਹਨੂੰ ਫੀਡ ਕੀਤਾ ਜਾਏਗਾ ਪਾਣੀ ਨਾਲ ਅਤੇ ਉਸ ਨਾਲ ਤਕਰੀਬਨ 32000 ਹੈਕਟੇਅਰ ਏਰੀਏ ਨੂੰ ਪਾਣੀ ਮਿਲੇਗਾ ਅਤੇ ਇਸ ਇਲਾਕੇ 'ਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਇਸ ਨਾਲ ਅਤੇ ਖੁਸ਼ਹਾਲੀ ਆਏਗੀ ਅਤੇ ਪਾਕਿਸਤਾਨ ਨੂੰ 1 ਵੀ ਬੂੰਦ ਪਾਣੀ ਦਾ ਨਹੀਂ ਜਾਏਗੀ। ਸਰ, ਕਦੋਂ ਤੱਕ ਸ਼ੁਰੂ ਹੋ ਜਾਏਗਾ ਪ੍ਰੋਜੈਕਟ? ਇਹ ਤਾਂ ਤਕਰੀਬਨ ਜਲਦੀ ਹੀ ਸ਼ੁਰੂ ਹੋ ਜਾਏਗਾ, ਆਲਮੋਸਟ ਬੈਰਾਜ ਦਾ ਕੰਮ ਆਲਮੋਸਟ ਕੰਪਲੀਟ ਹੈ ਅਤੇ ਪਾਵਰ ਹਾਊਸ ਦਾ ਕੰਮ ਚੱਲ ਰਿਹਾ ਅਤੇ ਉਹ ਵੀ ਜਲਦੀ ਪੂਰਾ ਹੋਣ ਦੀ ਸੰਭਾਵਨਾ।